ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਜੀ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਏ ਹਾਂ। ਜਿਹੜੇ ਇੰਡੀਆ ਬੈਠੇ ਨੇ ਸਾਰੇ ਉਹਨਾਂ ਸਾਰਿਆਂ ਲਈ, ਅਤੇ ਬਰਫ਼ ਪੈਂਦੀ ਅਤੇ ਬੜੀ ਵਾਰ ਦੇਖੀ ਹੋਣੀ, ਅੱਜ ਬਰਫ਼ ਦਾ ਤੂਫਾਨ ਆਇਆ ਵਾ। ਜਿਹੜਾ ਮਾਹੌਲ ਉਰੇ ਬਣਿਆ ਹੋਇਆ ਨਾ, ਅੱਜ ਮੈਂ ਤੁਹਾਨੂੰ ਅੱਗੇ ਅੱਗੇ ਸਾਰੀਆਂ ਕਲਿੱਪਾਂ ਦੇ ਵਿੱਚ ਤੁਹਾਨੂੰ ਹੁਣ ਇਸ ਟਾਈਮ ਦਿਖਾਵਾਂਗਾ। ਅਤੇ ਇਸ ਟਾਈਮ ਜਿਹੜਾ ਮਾਹੌਲ ਬਣਿਆ ਹੋਇਆ ਨਾ, ਐਨ ਪੂਰਾ ਚੱਕਵਾਂ ਮਾਹੌਲ ਬਣਿਆ ਵਾ। ਸੋ ਮੈਂ ਤੁਹਾਨੂੰ ਇਹ ਤੋਂ ਬਾਅਦ ਅਗਲੀਆਂ ਵੀਡੀਓ ਦੇ ਵਿੱਚ ਦਿਖਾਉਂਦਾ ਸਾਰਾ ਅਗਲੀ ਵੀਡੀਓ। ਹਾਂਜੀ, ਹੁਣ ਆਪਾਂ ਅੱਜ ਤੁਹਾਨੂੰ ਦਿਖਾਉਂਦੇ ਹਾਂ ਬਰਫ਼ ਦਾ ਤੂਫਾਨ। ਸਨੋਅ ਪੈਂਦੀ ਤਾਂ ਬੜੀ ਵਾਰ ਸੁਣਿਆ ਹੋਣਾ, ਪਰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਰਫ਼ ਦਾ ਤੂਫਾਨ, ਸਨੋਅ ਦਾ ਤੂਫਾਨ। ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋਇਆ ਵਾ ਨਾ ਵੀ, ਹੁਣ ਮੈਂ ਸਾਈਡ 'ਤੇ ਬੈਠੇ ਇੱਧਰ ਸਾਈਡ 'ਤੇ ਬਹਿ ਕੇ ਤੁਹਾਨੂੰ ਸਾਰੀ ਵੀਡੀਓ ਬਣਾਵਾਂਗਾ। ਅਤੇ ਡਰਾਈਵ ਕਰਦੇ ਕਰਦੇ ਨਹੀਂ ਵੀਡੀਓ ਬਣਾ ਸਕਦੇ, ਅਤੇ ਵੈਸੇ ਵੀ ਐਵੇਂ ਦੇ ਮੌਸਮ ਦੇ ਵਿੱਚ ਥੋੜ੍ਹਾ ਰਿਸਕੀ ਹੈ, ਪਰ ਮੈਂ ਤੁਹਾਨੂੰ ਬਾਹਰ ਦਾ ਇਸ ਟਾਈਮ ਵਿਊ ਤੁਸੀਂ ਚੈੱਕ ਕਰਨਾ ਸ਼ੁਰੂ ਕਰੋ ਮਾੜਾ ਜਿਹਾ। ਅਤੇ ਐਨ ਪੂਰਾ ਨਾ ਸੜਕ ਦਾ ਪਤਾ ਲੱਗ ਰਿਹਾ, ਨਾ ਜਿਹੜਾ ਸੜਕ ਦੇ ਉੱਤੇ ਲਾਈਨ ਆ, ਨਾ ਉਹਨਾਂ ਦਾ ਪਤਾ ਲੱਗ ਰਿਹਾ ਹੈ, ਨਾ ਜਿਹੜੇ ਇੱਧਰ ਨਾਲ ਚੱਲਣ ਨੂੰ ਫੁੱਟਪਾਥ ਵਗੈਰਾ ਹੁੰਦੇ ਨੇ, ਨਾ ਇਹਨਾਂ ਦਾ ਕੁਛ ਪਤਾ ਲੱਗ ਰਿਹਾ ਹੈ। ਬਸ ਜਿੱਥੇ ਨੂੰ ਜੀ ਕਰਦਾ ਉੱਥੇ ਗੱਡੀ ਲਾ ਕੇ ਲੀਜ ਹੀ ਬਣਾ ਕੇ ਉੱਥੇ ਲੈ ਚੱਲੋ, ਅਤੇ ਬਸ ਇਹੀ ਹੈ। ਅਤੇ ਕਿਤੇ ਕਿਤੇ ਗੱਡੀਆਂ ਸਟੱਕ ਵੀ ਬੜੀਆਂ ਹੋਈਆਂ ਵੀ ਆ, ਫਸੀਆਂ ਵੀਆਂ ਵੀ ਬੜੀਆਂ ਨੇ। ਅਤੇ ਬਾਹਰ ਦਾ ਵਿਊ ਚੈੱਕ ਕਰੋ ਤੁਸੀਂ, ਐਨ ਸੜਕਾਂ ਦੇ ਉੱਤੇ ਹੈਗਾ, ਐਵੇਂ ਲੱਗ ਰਿਹਾ ਜਿਵੇਂ ਨਾ ਗਾਰਾ ਸੁੱਟਿਆ ਹੁੰਦਾ ਹੈ, ਚਿੱਟੇ ਰੰਗ ਦਾ ਗਾਰਾ ਤੇਰੀ ਦੀ। ਇਹ ਜਿਹੜੀ ਐਵੇਂ ਜ਼ਿਆਦਾ ਸੰਘਣੀ ਜੀ ਪਈ ਹੁੰਦੀ ਹੈ, ਇਹਦੇ ਥੋੜ੍ਹੀ ਜਿਹੀ ਗੱਡੀ ਫਸਣ ਦਾ ਜ਼ਿਆਦਾ ਰਿਸਕ ਜਿਹਾ ਹੁੰਦਾ ਹੈ ਕਿਤੇ ਨਾ ਕਿਤੇ ਦਾ। ਵੈਸੇ ਉਰੇ ਸਾਫ਼ ਵੀ ਕਰਦੀ ਹੈ ਵੈਸੇ ਜ਼ਿਆਦਾ ਤੋਂ ਜ਼ਿਆਦਾਤਰ, ਪਰ ਮੈਂ ਤੁਹਾਨੂੰ ਅੱਗੇ ਜਿਹੜੀਆਂ ਛੋਟੀਆਂ ਸੜਕਾਂ ਨੇ ਉਹ ਸਾਹਮਣੇ ਦਰੱਖਤਾਂ ਦਾ ਹਾਲ ਵੇਖੋ, ਐਨ ਪੂਰਾ ਵਾਈਟ ਵਾਈਟ। ਹੈਲੋ ਜੀ, ਇੱਧਰ ਪਲਾਜ਼ੇ ਦਾ ਹਾਲ ਵੇਖੋ ਤੁਸੀਂ, ਨਾ ਰੋਡ ਦਾ ਪਤਾ ਲੱਗਦਾ ਨਾ ਪਲਾਜ਼ੇ ਦਾ। ਹਵਾ ਵੀ ਸਨੋਅ 'ਤੇ ਜਦੋਂ ਪੈਂਦੀ ਹੈ ਉਹਦੀ ਟੈਂਪਰੇਚਰ ਵੀ ਥੋੜ੍ਹੀ ਘੱਟ ਗਈ, ਪਰ ਸਾਹਮਣੇ ਉੱਧਰ ਵੇਖੋ ਤੁਸੀਂ। ਸਨੋਅ ਦੇ ਵਿੱਚ ਸਭ ਤੋਂ ਵੱਧ ਔਖਾ ਹੁੰਦਾ ਹੈ ਬੱਸਾਂ ਵਾਲਿਆਂ ਨੂੰ, ਬੱਸਾਂ ਵਾਲੇ ਵਿਚਾਰੇ ਐਵੇਂ ਵੇਟ ਕਰਨੀ ਪੈਂਦੀ ਹੈ ਬੱਸ ਦੀ, ਅਤੇ ਉੱਪਰੋਂ ਮੌਸਮ ਖਰਾਬ ਹੁੰਦਾ ਹੈ ਅਤੇ ਐਵੇਂ ਤੁਰ ਕੇ ਜਾਣਾ, ਸਾਰੀਆਂ ਇਹ ਚੀਜ਼ਾਂ ਥੋੜ੍ਹਾ ਜਿਹਾ ਇਹਨਾਂ ਵਾਸਤੇ ਬੜਾ ਔਖਾ ਹੁੰਦਾ ਹੈ। ਪਰ ਚਲੋ, ਸਨੋਅ ਕਿਹੜਾ ਰੋਜ਼ ਪੈਂਦੀ ਹੈ ਜਦੋਂ ਕਿ ਮੌਸਮ ਖਰਾਬ ਹੁੰਦਾ ਥੋੜ੍ਹਾ। ਵੇਖੋ ਸੜਕ ਵੇਖੋ ਤੁਸੀਂ, ਬਿਲਕੁਲ ਨਾ ਸੜਕ ਦਾ ਕੋਈ ਲੇਨ ਦਾ ਨਹੀਂ ਪਤਾ, ਨਾ ਇਹ ਪਤਾ ਇੱਧਰ ਡਿਵਾਈਡਰ ਹੈਗਾ ਵਿੱਚ ਜਾਂ ਨਹੀਂ ਹੈਗਾ, ਕਿਉਂਕਿ ਇਸ ਟਾਈਮ ਆਪਾਂ ਰੋਡ 'ਤੇ ਜਾ ਰਹੇ ਹਾਂ, ਗੱਡੀਆਂ ਚੱਲਣ ਕਰਕੇ ਨਹੀਂ ਇੰਨਾ ਜ਼ਿਆਦਾ ਸਨੋਅ ਦਾ ਪਤਾ ਲੱਗ ਰਿਹਾ। ਪਰ ਜੇ ਆਪਾਂ ਬਾਹਰ ਵੇਖੀਏ ਘੱਟੋ ਘੱਟ ਗਿੱਠ ਗਿੱਠ ਡੇਢ ਗਿੱਠ ਸਨੋਅ ਇਸ ਟਾਈਮ ਪੈ ਚੁੱਕੀ ਹੈ। ਬਾਕੀ ਆਪਾਂ ਅੱਗੇ ਪਹੁੰਚ ਕੇ ਰੁਕ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਦੇ ਵਿੱਚ, ਪਰ ਇਸ ਟਾਈਮ ਮੌਸਮ ਵੀ ਬੜਾ ਖਰਾਬ ਹੋਇਆ ਵਾ, ਅਤੇ ਅੱਜ ਸਾਰੀ ਰਾਤ ਐਵੇਂ ਹੀ ਦੱਸੀ ਵੀ ਆ ਸਨੋਅ। ਗੱਡੀ ਥੱਲੇ ਲਾ ਲਿਓ ਲਓ ਜੀ, ਇਸ ਟਾਈਮ ਇੱਥੇ ਕੁਛ ਨਹੀਂ ਪਤਾ ਲੱਗ ਰਿਹਾ ਵੀ ਆਪਾਂ ਕਿੱਥੇ ਜਾਣਾ ਹੈ ਕਿੱਥੇ ਨਹੀਂ, ਇੱਥੇ ਨੂੰ ਰਸਤਾ ਹੈ ਵੀ ਹੈ। ਲਾ ਲਓ ਤੁਸੀਂ ਇਸ ਟਾਈਮ ਪਲਾਜ਼ਿਆਂ ਦੇ ਹਾਲ ਵੇਖ ਲਓ, ਇੱਥੇ ਗੱਡੀ ਸਟੱਕ ਹੋ ਸਕਦੀ ਜਿੱਥੇ ਤੁਸੀਂ ਪੜ ਲਓ। ਹਾਂਜੀ ਹਾਂਜੀ, ਆਪਾਂ ਘਰ ਪਹੁੰਚ ਗਿਆ। ਤੁਸੀਂ ਜਿਵੇਂ ਵੇਖਿਆ ਹੀ ਆ ਸਨੋਅ ਦਾ ਕਿੰਨਾ, ਕਿੰਨੀ ਜ਼ਿਆਦਾ ਸਨੋਅ ਪਈ ਹੈ, ਕਿੰਨਾ ਬੁਰਾ ਹਾਲ ਹੋ ਗਿਆ। ਅਤੇ ਹੁਣ ਘਰ ਪਹੁੰਚ ਗਏ, ਘਰ ਪਹੁੰਚ ਕੇ ਆਪਾਂ ਨੇ ਆਪਣੇ ਹਥਿਆਰ ਚੱਕ ਲਏ ਹੈ, ਅਤੇ ਹਥਿਆਰ ਤਾਂ ਚੱਕਣੇ ਪਏ ਹੈ ਕਿਉਂਕਿ ਇਸ ਟਾਈਮ ਸਨੋਅ ਨੇ ਇੰਨਾ ਕੁ ਜ਼ਿਆਦਾ ਬੁਰਾ ਹਾਲ ਕਰਤਾ, ਜਿਹੜੀ ਗੱਡੀ ਆ ਉਹ ਡਰਾਈਵ 'ਤੇ ਚੜ ਨਹੀਂ ਰਹੀ, ਅਤੇ ਗੱਡੀ ਆਪਣੀ ਉਹ ਸਾਹਮਣੇ ਖੜ੍ਹੀ ਹੈ, ਅਤੇ ਆਹ ਗੱਡੀ ਜਿਹੜੀ ਪਹਿਲਾਂ ਦੀ ਖੜ੍ਹੀ ਉਹ ਟਗੇ ਪਈ, ਅਤੇ ਸਨੋਅ ਦੀ ਜਿਹੜੀ ਪਈ ਅਤੇ ਉਹ ਇੰਨੀ ਇੰਨੀ ਪੈ ਗਈ, ਤੁਸੀਂ ਦੇਖ ਲਓ ਘੱਟੋ ਘੱਟ 10-10 ਸੈਂਟੀਮੀਟਰ ਸਨੋਅ ਪੈ ਗਈ, ਅਤੇ ਸੜਕਾਂ ਸੁੜਕਾਂ ਸਾਰਾ ਕੁਛ ਬੰਦ ਆ, ਅਤੇ ਹੁਣ ਇਹ ਸਾਰੀ ਸਨੋਅ ਆਪਾਂ ਨੂੰ ਚੱਕਣੀ ਪੈਣੀ ਹੈ, ਅਤੇ ਉਸ ਤੋਂ ਬਾਅਦ ਜਾ ਕੇ ਗੱਡੀ ਉੱਤੇ ਚੜੂਗੀ। ਅਤੇ ਹੁਣ ਆਪਾਂ ਇੱਕ ਵਾਰ ਗੱਡੀ ਚੜ੍ਹਾਉਣ ਦਾ ਰਸਤਾ ਕਰ ਲਿਓ, ਕਿਉਂਕਿ ਰਾਤ ਨੂੰ ਹੋਰ ਪੈਣੀ ਹੈ ਉੱਥੋਂ, ਉਹਦੇ ਕਰਕੇ ਆਪਾਂ ਜਿੰਨੀ ਕੁ ਵੀ ਹੁਣ ਹੁੰਦੀ ਹੈ ਉਨੀ ਕੁ ਸਾਫ਼ ਕਰ ਲਈਏ। ਸੋ ਇੱਕ ਨਾ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਵੇਖਿਆ ਹੋਈ ਉਹ ਸਾਰਾ ਕੁਛ ਸਾਫ਼ ਕਰਕੇ ਫਿਰ ਆਪਾਂ ਗੱਡੀ ਖੜ੍ਹਾਉਣ ਨੂੰ ਰਸਤਾ 'ਚ ਬਣਾਈਏ ਮਾੜਾ ਜਿਹਾ। ਇਸ ਟਾਈਮ ਤਾਂ ਰਸਤਾ ਬਿਲਕੁਲ ਵੀ ਨਹੀਂ ਹੈਗਾ, ਸੋ ਹੁਣ ਆਪਾਂ ਕਰਦੇ ਹਾਂ ਸ਼ੁਰੂ, ਅਤੇ
ਥੋੜ੍ਹਾ ਜਿਹਾ ਘਰ ਦੇ ਨਾਲ ਦੀ ਨਾਲ ਕੰਮ ਅਤੇ ਮਿਲਦੇ ਤੁਹਾਨੂੰ ਆਪਾਂ ਫਿਰ ਦੁਬਾਰਾ ਵੀਡੀਓ ਦੇ ਵਿੱਚ ਇਸੇ ਤਰ੍ਹਾਂ। ਲਓ ਜੀ ਹਲੇ ਸਿਰਫ ਇੰਨਾ ਕੁ ਏਰੀਆ ਸਾਫ਼ ਹੋਇਆ ਆਪਣਾ ਅਤੇ ਇੰਨੇ ਕੁ ਏਰੀਏ ਦੇ ਵਿੱਚ ਐਡਾ ਢੇਰ ਲੱਗ ਗਿਆ ਸਨੋਅ ਦਾ ਅਤੇ ਇੱਧਰ ਸਾਰਾ ਏਰੀਆ ਹਲੇ ਪਿਆ ਹੈ ਅਤੇ ਇੱਧਰ ਤੁਰ ਕੇ ਆਉਣੇ ਵਾਲਾ ਏਰੀਆ ਵੀ ਸਾਰਾ ਪਿਆ ਅਤੇ ਇੰਨੇ ਕੁ ਏਰੀਏ ਦੇ ਵਿੱਚ ਤੁਸੀਂ ਦੇਖ ਲਓ ਵੀ ਇੰਨਾ ਢੇਰ ਲੱਗ ਗਿਆ ਅਤੇ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਵੀ ਸਾਰਾ ਕੁਝ ਭਰ ਜਾਂਦਾ ਲੋਕ। ਲਓ ਜੀ ਇਸ ਟਾਈਮ ਆਪਾਂ ਸਨੋਅ ਸਾਫ਼ ਕਰਕੇ ਗੱਡੀ ਆਪਣੀ ਚੜ੍ਹਾ ਲਈ। ਪਹਿਲਾਂ ਗੱਡੀ ਚੜ੍ਹਦੀ ਨਹੀਂ ਸੀਗੀ ਪਰ ਬਾਹਰ ਦਾ ਤੁਸੀਂ ਵੇਖ ਲਓ ਰਾਤ ਦੇ 9 ਵੱਜ ਚੁੱਕੇ ਆ, ਉਵੇਂ ਦਿਨ ਚੜ੍ਹਿਆ ਸਨੋਅ ਕਰਕੇ ਕੋਈ ਹਨੇਰਾ ਨਹੀਂ ਹੋਇਆ ਅੱਜ ਅਤੇ ਬਾਕੀ ਹੁਣ ਕੱਲ੍ਹ ਨੂੰ ਸੁਬਾਹ ਦੇਖਦੇ ਹਾਂ ਕਿਵੇਂ ਕੀ ਫਰਕ ਪੈਂਦਾ। ਆਪਾਂ ਗੱਡੀ ਖੜ੍ਹਾ ਦਿੱਤੀ, ਹੁਣ ਕੱਲ੍ਹ ਨੂੰ ਦੇਖਦੇ ਹਾਂ ਸੁਬਾਹ ਕੀ ਬਣਦਾ ਅਤੇ ਹੁਣ ਸੁਬਾਹ ਮਿਲਦੇ ਹਾਂ ਵੀਡੀਓ ਦੇ ਵਿੱਚ। ਹਾਂਜੀ ਜਿਵੇਂ ਤੁਸੀਂ ਵੇਖਿਆ ਹੀ ਆ ਹੁਣ ਪਹਿਲਾਂ ਕੱਲ੍ਹ ਦੇ ਵਿਊ ਦੇ ਵਿੱਚ ਕਿਵੇਂ ਸਨੋਅ ਪਈ, ਕਿਵੇਂ ਸਨੋਅ ਦਾ ਤੂਫਾਨ ਆਇਆ ਵਾ ਸੀਗਾ ਅਤੇ ਉਹ ਸਾਰਾ ਤੂਫਾਨ ਜਿਹੜਾ ਅੱਜ ਬੰਦ ਹੋ ਚੁੱਕਿਆ ਹੈ ਅਤੇ ਅਗਲਾ ਦਿਨ ਚੜ੍ਹ ਗਿਆ, ਸੁਬਾਹ ਹੋ ਗਈ ਹੈ ਅਤੇ ਵਿਊ ਤੁਹਾਨੂੰ ਮੈਂ ਬਾਹਰ ਦਿਖਾਉਂਦਾ। ਉੱਤੇ ਬੱਦਲਵਾਈ ਹੈਗੀ ਹੈ ਪਰ ਬਾਹਰ ਸਾਰਾ ਐਨ ਵਿਊ ਪੂਰਾ ਇੱਕਦਮ ਐਨ। ਤੁਸੀਂ ਦੇਖੋ ਵੀ ਜਿਹੜਾ ਕੱਲ੍ਹ ਆਪਾਂ ਸਨੋਅ ਦਾ ਢੇਰ ਲਾਇਆ ਸੀਗਾ ਉਹ ਐਨ ਪੂਰਾ ਚੜ੍ਹਿਆ ਪਿਆ ਹੈ ਬਾਹਰ ਪੂਰਾ ਅਤੇ ਰੋਡਾਂ 'ਤੇ ਵੀ ਸਨੋਅ। ਮੈਂ ਤੁਹਾਨੂੰ ਥੋੜ੍ਹਾ ਅੱਗੇ ਜਾ ਕੇ ਦਿਖਾਉਂਦਾ ਹੈ ਅਤੇ ਇਸ ਟਾਈਮ ਇੱਧਰ ਨੂੰ ਜਾ ਕੇ ਦਿਖਾਉਂਦਾ, ਇੱਧਰ ਨੂੰ ਗੱਡੀ ਬੰਦ ਹੈ ਅਤੇ ਰੋਡਾਂ 'ਤੇ ਵੀ ਸਾਰਾ ਜਿਹੜਾ ਵਿਊ ਹੈ ਨਾ ਉਹ ਤੁਸੀਂ ਵੇਖ ਲਓ ਜਿਵੇਂ ਐਨ ਗਾਰਾ ਜਮਿਆ ਹੁੰਦਾ, ਐਨ ਪੂਰੀ ਜੰਮ ਚੁੱਕੀ ਹੈ ਜਿਹੜੀ ਇਸ ਟਾਈਮ ਰੋਡਾਂ 'ਤੇ ਸਨੋਅ ਪਈ ਨੇ, ਪੂਰੀ ਜਮੀ ਪਈ ਹੈ। ਇੱਥੇ ਤਾਂ ਸਾਫ਼, ਇੱਥੇ ਆਪਾਂ ਨੂਣ ਦਾਣ ਸੁੱਟਿਆ ਹੋਇਆ ਸੀਗਾ ਉਹਦੇ ਕਰਕੇ ਥੋੜ੍ਹੀ ਸਾਫ਼ ਸੀਗੀ, ਆ ਜਿਹੜੀ ਇਹ ਸਨੋਅ ਹੈ ਪੂਰੀ ਜੰਮ ਚੁੱਕੀ ਹੈ ਹੁਣ ਅਤੇ ਇਹ ਸਾਰਾ ਬਾਹਰ ਦਾ ਵਿਊ। ਸਨੋਅ ਕੱਲ੍ਹ ਪਈ ਸੀ, ਸਨੋਅ ਦਾ ਤੂਫਾਨ ਆਇਆ ਸੀਗਾ ਅਤੇ ਸਾਰੇ ਐਨ ਸਿਰਫ ਚੱਲਣ ਵਾਲਾ ਰਸਤਾ ਸਾਫ਼ ਆ, ਜਿਵੇਂ ਤੁਹਾਨੂੰ ਪਤਾ ਵੀ ਇੱਥੇ ਆਪਾਂ ਸਨੋਅ ਰੱਖ ਨਹੀਂ ਸਕਦੇ ਅਤੇ ਸਾਰੇ ਢੇਰ ਲੱਗੇ ਪਏ ਆ ਇਸ ਟਾਈਮ ਸਨੋਅ ਦੇ ਲਾਗਾਂ 'ਤੇ। ਜਿੱਥੇ ਸਨੋਅ ਸਾਫ਼ ਨਹੀਂ ਕਰੀ ਉੱਥੇ ਤੁਸੀਂ ਵੇਖ ਲਓ ਕੀ ਹਾਲ ਹੈ ਆ ਦੋਨੋਂ ਘਰਾਂ ਦੇ ਵਿੱਚ, ਇੱਥੇ ਵੀ ਮਤਲਬ ਆਉਣਾ ਜਾਣਾ ਘੱਟ ਰਹਿੰਦਾ ਹੈ ਅਤੇ ਆਹ ਪੂਰਾ ਢੇਰ ਲੱਗਿਆ ਵਾ ਅਤੇ ਇੱਧਰ ਉਵੇਂ ਹੀ ਸਨੋਅ ਪਈ ਹੈ। ਥੋੜ੍ਹੀ ਥੋੜ੍ਹੀ ਸੂਰਜ ਨਿਕਲ ਰਿਹਾ ਹੈ ਅਤੇ ਜਿਵੇਂ ਹੀ ਸੂਰਜ ਨਿਕਲਦਾ ਉਵੇਂ ਥੋੜ੍ਹਾ ਜਿਹਾ ਫਿਰ ਅੱਖਾਂ ਉੱਖਾਂ ਹੀ ਔਖੀਆਂ ਖੁੱਲਦੀਆਂ ਨੇ ਨਾ, ਕਿਉਂਕਿ ਧੁੱਪ ਚੁੱਭਦੀ ਆ ਸਾਰੀ ਚਿੱਟੇ ਚਿੱਟੇ ਜਿਹੇ ਏਰੀਆ ਦਾ ਸਾਰਾ ਉਹ ਚੁੱਭਦਾ ਹੈ। ਸੋ ਬਾਕੀ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਅਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ। ਇੱਥੇ ਨਾ ਮਤਲਬ ਜਦੋਂ ਸਨੋਅ ਪੈ ਕੇ ਹਟ ਜਾਂਦੀ ਆ ਉਹ ਤੋਂ ਬਾਅਦ ਨਾ ਥੋੜ੍ਹਾ ਟਾਈਮ ਬਾਅਦ ਨਾ ਜਿਹੜੀ ਸਨੋਅ ਹੁੰਦੀ ਉਹ ਸਾਰੀ ਬਲੈਕ ਸਨੋਅ ਬਣ ਜਾਂਦੀ ਹੈ, ਬਲੈਕ ਆਈਸ ਬਣ ਜਾਂਦੀ ਹੈ ਅਤੇ ਉਹਦੇ ਸਲਿਪਰੀ ਬੜੀ ਹੋ ਜਾਂਦੀ ਹੈ ਅਤੇ ਉਹਦੇ ਵਿੱਚ ਆਪਾਂ ਨੂੰ ਜਿਹੜੇ ਸਨੋਅ ਟਾਇਰ ਹੈ ਉਹ ਜ਼ਿਆਦਾ ਅਕਤਰ ਕੰਮ ਕਰਦੇ, ਗੱਡੀ ਇੱਧਰ ਉੱਧਰ ਨਹੀਂ ਹੁੰਦੀ ਸਹੀ ਰਹਿੰਦੀ ਹੈ ਅਤੇ ਉਹਦੇ ਕਰਕੇ ਸਨੋਅ ਟਾਇਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਸਨੋਅ ਟਾਇਰਾਂ ਨਾਲ ਥੋੜ੍ਹੀ ਗੱਡੀ ਦੀ ਐਵਰੇਜ ਦਾ ਫਰਕ ਪੈਂਦਾ, ਵੀ ਥੋੜ੍ਹੇ ਹਾਰਡ ਹੁੰਦੇ, ਗੱਡੀ ਥੋੜ੍ਹੀ ਜਿਹੀ ਮੁੱਕੀ ਜਲਦੀ ਐਵਰੇਜ ਘੱਟ ਜਾਂਦੀ ਹੈ, ਪਰ ਸਨੋਅ ਦੇ ਵਿੱਚ ਇਹਨਾਂ ਦਾ ਫਾਇਦਾ ਬਹੁਤ ਹੈ। ਜਿਵੇਂ ਮਰਜ਼ੀ ਤੁਸੀਂ ਕੱਲ੍ਹ ਆਪਾਂ ਪੂਰਾ ਐਨ ਸਪੀਡ ਦੇ ਗਏ, ਕੋਈ ਗੱਡੀ ਕਿਤੇ ਇੱਧਰ ਉੱਧਰ ਜਮ੍ਹਾਂ ਨਹੀਂ ਮਤਲਬ ਕਿਤੇ ਪਾਸੇ ਨੂੰ ਵੀ ਸਕਿੱਡ ਕਰਦੀ ਸੀ, ਐਨ ਪੂਰੀ ਪ੍ਰੋਪਰ ਆਈ ਹੈ ਨਾਲ ਸਲਿਪਰੀ ਬਣੀ ਸੀਗੀ ਰੋਡਾਂ 'ਤੇ, ਪਰ ਸਨੋਅ ਟਾਇਰਾਂ ਦਾ ਇਹ ਫਾਇਦਾ ਹੋ ਜਾਂਦਾ ਵੀ ਆਪਾਂ ਮਤਲਬ ਸਹੀ ਸਲਾਮਤ ਇਹਨੂੰ ਸਹੀ ਤੁਰ ਸਕਦੇ ਹਾਂ ਮਤਲਬ ਉਹਦੇ 'ਤੇ। ਹੁਣੇ ਹੁਣੇ ਦੇਖਿਆ ਤਾਂ ਵੀ ਜਿਹੜਾ ਆਪਣਾ ਮੌਸਮ ਤਾਂ ਬੜਾ ਸਾਫ਼ ਹੋ ਗਿਆ ਤਾ, ਪਰ ਜੇ ਮੈਂ ਤੁਹਾਨੂੰ ਇਸ ਟਾਈਮ ਮੌਸਮ ਦਿਖਾਵਾਂ ਨਾ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ। ਲਓ ਜੀ ਇਸ ਟਾਈਮ ਤੁਸੀਂ ਬਾਹਰ ਦਾ ਵਿਊ ਦੇਖੋ, ਅਤੇ ਆਪਾਂ ਇਸ ਟਾਈਮ ਜਾ ਰਹੇ ਹਾਂ ਅਤੇ ਸੜਕ ਦਾ ਕੁਛ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਕੀ ਆ, ਇੰਨਾ ਘਰਾਂ ਦਾ ਬਸ ਇੱਕ ਦੇਖ ਕੇ ਜੇ ਜਾਈ ਜਾਂਦੇ ਹਾਂ। ਦੁਬਾਰਾ ਫਿਰ ਸਨੋਅ ਸਟੋਰਮ ਆ ਚੁੱਕਿਆ ਹੈ ਅਤੇ ਰੋਡ ਵਗੈਰਾ ਕੁਛ ਨਹੀਂ ਦਿਖਦੀ ਪਈ, ਅਤੇ ਆਪਣੀ ਇੱਕ ਐਮਰਜੈਂਸੀ ਇੱਕ ਮੈਨੂੰ ਸਰਟੀਫਿਕੇਟ ਜਿਹਾ ਲੈ ਕੇ ਆਉਣਾ ਪਿਆ ਅਤੇ ਹੁਣ ਨਿਕਲੇ ਹਾਂ ਅਤੇ ਬਾਹਰ ਮੌਸਮ ਵੀ ਬੜਾ ਖਰਾਬ ਹੈ ਅਤੇ ਫਿਰ ਉਵੇਂ ਹੀ ਥੋੜ੍ਹਾ ਜਿਹਾ ਮਤਲਬ ਵਿੱਚ ਨੂੰ ਮੌਸਮ ਸਾਫ਼ ਹੋ ਕੇ ਦੁਬਾਰਾ ਫਿਰ ਸੇਮ ਸਿਚੁਏਸ਼ਨ 'ਤੇ ਆ ਚੁੱਕਿਆ ਹੈ। ਸੋ ਤੁਸੀਂ ਵੇਖ ਲਓ ਕੀ ਹਾਲ, ਇੱਧਰ ਲਾਗੇ ਲੁੱਗੇ ਗੱਡੀਆਂ ਦਾ ਹਾਲ ਵੇਖ ਲਓ ਕੀ ਬਣਿਆ ਪਿਆ ਹੈ ਅਤੇ ਐਵੇਂ ਸਾਰਾ ਕੁਛ। ਬਸ ਹੁਣ ਅੱਗੇ ਆਪਾਂ ਐਵੇਂ ਹੌਲੀ ਹੌਲੀ ਜਾਣਾ ਪੈਣਾ, ਕਿਉਂਕਿ ਜਦੋਂ ਐਵੇਂ ਸਨੋਅ ਜਿਹੜੀ ਰੋਡ 'ਤੇ ਜੰਮ ਜਾਂਦੀ ਹੈ ਨਾ ਤਾਂ ਉੱਥੇ ਸਲਿਪਰੀ ਹੋ ਜਾਂਦੀ ਤਾਂ ਗੱਡੀ ਥੋੜ੍ਹੀ ਸਕਿੱਡ ਹੋਣ ਦਾ ਡਰ ਰਹਿੰਦਾ ਹੈ, ਪਰ ਕੋਈ ਨਹੀਂ ਆਪਾਂ ਅੰਡਰ ਸਪੀਡ ਹੀ ਜਾਵਾਂਗੇ ਅਤੇ ਥੋੜ੍ਹਾ ਜਿਹਾ ਸਨੋਅ ਦਾ ਇੰਜੋਏ ਕਰਦੇ ਹਾਂ। ਲਓ ਜੀ ਆਪਾਂ ਇਸ ਟਾਈਮ ਪਹੁੰਚ ਚੁੱਕੇ ਅਤੇ ਆਪਣਾ ਲਾਇਸੈਂਸ ਲੈ ਕੇ, ਤੁਹਾਨੂੰ ਮੈਂ ਦੱਸਦਾ ਕਿਹੜਾ ਲਾਇਸੈਂਸ ਲਿਆ ਸੀਗਾ ਅਤੇ ਤੁਸੀਂ ਸਨੋਅ ਹਟ ਗਈ ਹੈ
ਤੇ ਪਲਾਜ਼ੀਆ ਵਿੱਚ ਤਾਂ ਸਾਫ ਹੁੰਦੀ ਹੈ। ਬਾਕੀ ਹੁਣ ਆਪਾਂ ਥੋੜ੍ਹਾ ਜਿਹਾ ਗੱਡੀ 'ਚ ਬਹਿ ਕੇ ਕਰਦੇ ਹਾਂ ਗੱਲਬਾਤ, ਅਤੇ ਗੱਡੀ ਸਟਾਰਟ ਕਰਦੇ ਹਾਂ, ਗੱਡੀ ਗਰਮ ਹੋ ਜਾਊਗੀ ਨਾ। ਸੋ ਆਪਾਂ ਆਏ ਸੀਗੇ ਅੱਜ ਫੋਗ ਲਿਫਟ ਦਾ ਲਾਈਸੈਂਸ ਲੈਣ, ਅਤੇ ਫੋਗ ਲਿਫਟ ਦਾ ਲਾਈਸੈਂਸ ਉਹ ਆਪਾਂ ਨੂੰ ਮਿਲ ਗਿਆ, ਅਤੇ ਇਹਦੇ ਬਾਰੇ ਮੈਂ ਨਾ ਅਗਲੀ ਵੀਡੀਓ ਬਣਾਵਾਂਗਾ ਵੀ ਕੀ ਪ੍ਰੋਸੈਸ ਆ, ਕੀ ਬਣਾਉਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਆਪਾਂ ਨੂੰ ਫੋਗ ਲਿਫਟ ਦਾ ਲਾਈਸੈਂਸ ਮਿਲ ਗਿਆ। ਸੋ ਇਹ ਥੋੜ੍ਹਾ ਜਿਹਾ ਵੈਦਰ ਸਹੀ ਹੈ ਵੈਸੇ ਬਾਹਰ, ਹੁਣ ਇਹ ਥੋੜ੍ਹਾ ਜਿਹਾ ਐਵੇਂ ਹੈ ਵੀ ਚਲੋ ਇਹਦਾ ਜਿੰਨਾ ਲਾਈਸੈਂਸ ਪੁਰਾਣਾ ਹੋਵੇ ਅਤੇ ਕੰਮ ਜਲਦੀ ਮਿਲਦਾ ਹੈ, ਅਤੇ ਜਿੰਨਾ ਨਵਾਂ ਹੋਵੇ ਉਨਾ ਕੰਮ ਥੋੜ੍ਹਾ ਔਖਾ ਮਿਲਦਾ। ਬਾਕੀ ਇਹਦੇ ਬਾਰੇ ਆਪਾਂ ਵੀਡੀਓ ਬਣਾਵਾਂਗਾ ਮੈਂ ਤੋਂ ਅਗਲੀ, ਫੋਗ ਲਿਫਟ ਦੇ ਲਾਈਸੈਂਸ ਬਾਰੇ ਕਿੱਥੇ ਬਣਾਉਣਾ ਚਾਹੀਦਾ ਹੈ, ਕਿੰਨੀ ਕੁ ਇਹਦੀ ਜ਼ਰੂਰਤ ਹੈਗੀ ਹੈ, ਕਿੰਨੀ ਕੁ ਨਹੀਂ ਹੈਗੀ ਹੈ, ਕਿਆ ਇਹ ਮਨੀ ਵੇਸਟ ਹੈ ਜਾਂ ਕੋਈ ਵੀ ਕੁਛ ਵੀ ਹੈ ਨਾ, ਸਾਰਾ ਚੀਜ਼ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਸੋ ਹੁਣ ਆਪਾਂ ਚੱਲਦੇ ਹਾਂ ਵਾਪਸ ਘਰੇ, ਅਤੇ ਥੋੜ੍ਹਾ ਵੈਦਰ ਵੀ ਸਹੀ ਹੋ ਗਿਆ, ਅਤੇ ਆਪਾਂ ਬਾਕੀ ਰਸਤੇ 'ਚ ਜਾਂਦੇ ਜਾਂਦੇ ਵੇਖਦੇ ਹਾਂ ਕਿ ਸਾਰਾ ਕੁਛ ਸਹੀ ਹੈ, ਓਕੇ ਹੈ, ਅਤੇ ਫਿਰ ਉਹ ਤੋਂ ਬਾਅਦ ਕਰਦੇ ਆਪਾਂ ਵੀਡੀਓ ਨੂੰ ਖਤਮ, ਅਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਮੰਨਦਾ ਵੀ ਇਹ ਵੀਡੀਓ ਥੋੜ੍ਹੀ ਲੇਟ ਆਈ, ਉਹ ਨਾ ਆਪਣੀ ਵੀਡੀਓ ਐਡੀਟਿੰਗ ਵਾਲੇ ਸੋਫਟਵੇਅਰ ਦੀ ਥੋੜ੍ਹੀ ਅਪਡੇਟ ਆ ਗਿਆ ਸੀਗਾ, ਉਹ ਅਪਡੇਟ 'ਚ ਪ੍ਰੋਬਲਮ ਆ ਰਹੀ ਸੀਗੀ, ਉਹਦੇ ਕਰਕੇ ਵੀਡੀਓ ਥੋੜ੍ਹੀਆਂ ਲੇਟ ਹੋ ਗਈਆਂ, ਪਰ ਹੁਣ ਨਾਲ ਦੀ ਨਾਲ ਆਉਣਗੀਆਂ। ਸੋ ਚਲੋ ਆਪਾਂ ਅੱਗੇ ਵੇਖਦੇ ਹਾਂ ਰੋਡਾਂ ਦਾ ਕੀ ਹਾਲ ਹੈ, ਅਤੇ ਬਾਕੀ ਉਰੇ ਤਾਂ ਵੈਦਰ ਹਾਲੇ ਸਹੀ ਹੈ, ਹੁਣ ਅੱਗੇ ਜਾ ਕੇ ਵੇਖਦੇ ਹਾਂ। ਸਨੋ ਤਾਂ ਹਟ ਗਈ ਹੈ ਪੈਣਾ, ਪਰ ਸੜਕਾਂ ਉਮੀਦੀਆਂ ਨੇ ਥੋੜ੍ਹਾ ਜਿਹਾ ਹਾਲੇ, ਹੈ ਨਾ ਜਿਹੜੀਆਂ ਗਲੀਆਂ ਗੁਲੀਆਂ ਹੈਗੀਆਂ, ਅਤੇ ਲਾਗਾ ਪਰ ਤੁਸੀਂ ਦੇਖ ਰਹੇ ਹਾਂ ਵੱਡੇ ਵੱਡੇ ਢੇਰ ਲੱਗੇ ਵੇ। ਸੋ ਬਾਕੀ ਤਾਂ ਸਾਰਾ ਸਹੀ ਹੈ, ਬਾਕੀ ਹੁਣ ਅੱਜ ਛੁੱਟੀ ਆ, ਸਾਰੇ ਲੱਗੇ ਆਪਣੇ ਡਰਾਈਵੇ ਸਾਫ਼ ਕਰਨ। ਸੋ ਆਪਣਾ ਵੀ ਸਾਫ਼ ਹੋਣ ਵਾਲਾ ਹੈ, ਅਤੇ ਆਪਾਂ ਵੀ ਚੜ੍ਹਾ ਦਈਏ ਹੁਣ ਗੱਡੀ ਡਰਾਈਵੇ 'ਤੇ। ਹਾਂਜੀ ਆਪਾਂ ਖੜਾ ਤੀ ਗੱਡੀ ਡਰਾਈਵੇ 'ਤੇ, ਅਤੇ ਬਾਹਰ ਦਾ ਵਿਊ ਤੁਸੀਂ ਵੇਖ ਹੀ ਲਿਆ, ਅਤੇ ਸਨੋ ਹੁਣ ਹਟ ਗਈ ਹੈ। ਸੋ ਹੁਣ ਆਪਾਂ ਚੱਲਦੇ ਹਾਂ। ਸੋ ਇਹ ਕਰ ਲਓ ਤੁਸੀਂ ਬਾਹਰ ਦਾ ਵਿਊ ਚੈੱਕ, ਹੁਣ ਇੱਕ ਹਫ਼ਤਾ ਸਨੋ ਦੀ ਨੀਚੋ ਹੈ, ਅਤੇ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸੋ ਕਰਦੇ ਹਾਂ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੇ ਹਾਂ, ਤਾਂ ਕਰਦੇ ਹਾਂ ਇਸ ਵੀਡੀਓ ਨੂੰ ਇੱਥੇ ਖਤਮ, ਮਿਲਦੇ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ।